CEN News, देश प्रदेश की ताजा तरीन खबरों के लिए CEN News को सब्सक्राइब करें और रहें पल पल की खबर से हर पल बाखबर। पुतली घर के लवकुश नगर में यहां बीते दिन ब्लास्ट हुआ था, उसी जगह पर आज एक और बम मिला। इलाका निवासियों ने थाना कैंटोनमेंट पुलिस को जब इसकी जानकारी दी तो पुलिस वालों ने अपनी गलती पर पर्दा डालते हुए उस बम को ही गायब कर दिया। जब मीडिया ने पुलिस अधिकारी से इस बम के बारे में पूछा तो पहले वो बोलने को तैयार ही नहीं थे, बाद में कहा कि ऐसा कुछ नहीं है, कोई लोहे का पाइप का टुकड़ा था जिसे इलाके वाले बम समझ बैठे। इलाके वालों को गलतफहमी हुई है क्योंकि वो डरे हुए हैं जो बीते दिन ब्लास्ट हुआ था। इलाके वालों का कहना है कि पुलिस वालों ने रेत की थैली में बम डालकर अपने साथ ले गई। इलाके में अभी भी दहशत का माहौल बना हुआ है, वहां के लोग अभी भी डर के साए में जी रहे हैं। उनका कहना है था कि कहीं दोबारा फिर वही पहले जैसा कोई हादसा ना हो जाए। की देखा जी? ਅਸੀਂ ਪਿਸ਼ਾਬ ਕਰਨ ਗਏ ਬੱਚੇ ਤੇ ਉੱਥੇ ਦੇਖਿਆ ਤੇ ਉੱਥੇ ਬੰਬ ਪਿਆ ਸੀ ਤੇ ਅਸੀਂ ਉਸੇ ਰਿਪੋਰਟ ਦਿਖਾਈ ਆ ਤੇ ਇਸੇ ਮਰੇ ਨਾ ਭੱਜੇ ਆਏ ਮੁੰਡੇ। ਅਸੀਂ ਉਸੇ ਵੇਲੇ ਟੈਲੀਫੋਨ ਕੀਤਾ ਕੋਨਮੈਂਟ ਭਾਜੀ ਆ ਸਾਨੂੰ ਆ ਬੰਬ ਦਾ ਸਬੂਤ ਮਿਲਿਆ, ਸਾਡੇ ਅੱਗੇ ਹਾਸਾ ਹੋਇਆ, ਸਾਡੇ ਦੁਬਾਰਾ ਹਾਸਾ ਨਾ ਹੋਵੇ। ਇਸ ਮਰੇ ਅਸੀਂ ਆ ਗਏ ਬੰਬ ਲੈ ਕੇ ਚਲੇ ਗਏ। ਉਹ ਕਹਿੰਦੇ ਬੰਬ ਨਹੀਂ ਗਾ, ਬੰਬ ਹੀ ਲੈ ਗਏ ਜੀ, ਰੇਤਾਂ 'ਚ ਪਾ ਕੇ ਲੈ ਗਏ ਆ। ਉਹ ਬੰਬ ਨਹੀਂ ਤੇ ਪਟਾਕਾ ਕੋਈ ਲੈ ਗਏ ਰੇਤਾਂ 'ਚ ਪਾ ਕੇ। ਬੰਬ ਖੜੇ ਨੇ ਉਦਣ ਵੀ ਤੇ ਅੱਜ ਫੇਰ ਹੁਣ ਕਹਿੰਦੇ ਬੰਬ ਨੇ ਤੇ ਬੰਬ ਨੇ ਤੇ ਫਿਰ ਹਾਥੀ ਫੜ ਕੇ ਖੜਦੇ ਤੇ ਫਿਰ ਰੇਲ ਚ ਬਾਲਟੀ ਪਾਉਣ ਦੀ ਕੀ ਲੋੜ ਸੀ? ਤੇ ਪੁਲਿਸ ਵਾਲੇ ਗੁੰਮਰਾਹ ਕਰਦੇ ਆ, ਗੁੰਮਰਾਹ ਕਰਦੇ ਅੱਗੇ ਵੀ ਇਹਨੂੰ ਬਣਾਤਾ ਕੁਆੜ ਦੀ ਦੁਕਾਨ, ਇੱਥੇ ਤਾਂ ਕੁਆੜ ਦੀ ਦੁਕਾਨ ਹੀ ਕੋਈ ਨੀ ਹੈਗੀ। ਅੱਛਾ, ਤੇ ਕਿੱਥੋਂ ਆਏ ਬੰਬ ਜੀ? ਇਹ ਬੰਬ ਆਏ ਥਾਣੇ ਤੋਂ। ਅੱਛਾ, ਕੰਟੋਨਮੈਂਟ ਸਰ, ਕੰਟੋਨਮੈਂਟ ਥਾਣੇ ਦੀ ਸਫਾਈ ਕਰਾਈ, ਉੱਥੋਂ ਆਏ ਆ ਸਭ। ਹਜੇ ਵੀ ਬੰਬ ਤੁਹਾਨੂੰ ਲੱਗਦਾ ਇਸ ਇਲਾਕੇ 'ਚ ਹੋਣਗੇ? ਹੋਰ ਸਰ, ਟੈਨਸ਼ਨ ਪੂਰੀ ਆ, ਕੋਈ ਵੀ ਨਹੀਂ ਸੋ ਰਿਹਾ। ਕੁਆੜ ਆਇਆ, 5-4 ਦਿਨ ਕੁਆੜ ਆਉਂਦਾ ਰਿਹਾ, ਹੋ ਸਕਦਾ ਕਿ ਇੱਕ ਹੋਰ ਬੋਰੀ ਪਈ ਹੋਏ ਕੁਆੜ ਦੀ, ਉਹਦੇ 'ਚ ਫੇਰ ਨਿਕਲ ਆਵੇ। ਇਹ ਇਲਾਕਾ ਤਾਂ ਘੇਰ ਡਰਿਆ ਪਿਆ, ਕਿੰਨਾ ਨੁਕਸਾਨ ਹੋਇਆ। ਤੁਸੀਂ ਪੁਲਿਸ ਨੂੰ ਕਹੋਗੇ ਕਿ ਇਹਦੀ ਛਾਣਬੀਨ ਦੁਬਾਰਾ ਕੀਤੀ ਜਾਵੇ? ਵਸੀਲਾ ਉਦਣ ਵੀ ਕਿਹਾ ਜੀ, ਉਹ ਨਿਆਂ ਹੀ ਨਹੀਂ ਦਿੰਦੇ, ਉਹ ਕਹਿੰਦੇ ਬੰਬ ਹੈ ਹੀ ਨਹੀਂ ਜੀ, ਇੱਕ ਕੁਆੜ ਦੀ ਦੁਕਾਨ ਸੀ। ਅੱਛਾ, ਤੇ ਹੁਣ ਕਿੰਨਾ ਦਹਿਸ਼ਤ ਹੈ ਤੁਹਾਡੇ ਇੱਥੇ ਇਲਾਕੇ 'ਚ? ਸਾਰਾ ਇਲਾਕਾ ਡਰਿਆ ਪਿਆ, ਖਾਣਾ ਨਹੀਂ ਖਾ ਰਹੇ ਬੱਚੇ, ਦੇਖੋ ਨਿਆਣਾ ਕੋਈ ਆ ਗਲੀ ਦੇ ਬਾਹਰ, ਨਿਆਣਾ ਹੈ ਕੋਈ ਗਲੀ 'ਚ, ਸਭ ਅੰਦਰ ਵੜ ਕੇ ਡਰਦੇ। ਠੀਕ ਹੈ, ਬਾਲਟੀ ਬੰਬ ਨੀ ਗਾ ਅਟਾਰੀ। ਪੁਲਿਸ ਵਾਲੇ ਕਹਿੰਦੇ ਬੰਬ ਨੀ ਗਏ, ਫੋਨ 7 ਵਜੇ ਦੇ ਨਾਲ ਸਾਨੂੰ ਕੰਟਰੋਲ ਰੂਮ ਤੋਂ ਇਤਲਾਹ ਮਿਲੀ ਕਿ ਇੱਕ ਬੰਬ ਜਿਹੜਾ ਵਾ ਉੱਥੇ, ਪਬਲਿਕ ਨੇ ਦੱਸਿਆ ਕਿ ਉੱਥੇ ਇੱਕ ਹੋਰ ਬੰਬ ਜਿਹੜਾ ਉੱਥੇ ਮਿਲਿਆ। ਅਸੀਂ ਮੌਕੇ 'ਤੇ ਜਾ ਕੇ ਵੇਖਿਆ ਤਾਂ ਨੋਰਮਲ ਕੋਈ ਪਾਈਪ ਦੀ ਰੋਡ ਜੀ ਵਾਂਗੂ ਉੱਥੇ ਸੀਗਾ। ਜਿਹੜੇ ਲੋਕ ਆਲਰੇਡੀ ਪਹਿਲਾਂ ਸਹਿਮੇ ਹੋਏ ਸੀਗੇ, ਡਰੇ ਹੋਏ ਲੋਕ, ਉਹਨਾਂ ਦੀ ਵਜ੍ਹਾ ਦੇ ਨਾਲ ਲੋਕ ਪੈਨਿਕ ਕ੍ਰੀਏਟ ਕਰ ਦਿੰਦੇ ਆ, ਪਰ ਇਹੋ ਜਿਹੀ ਉੱਥੇ ਸਾਨੂੰ ਕੋਈ ਚੀਜ਼ ਨਹੀਂ ਮਿਲੀ ਬੰਬ ਵਗੈਰਾ ਦੀ।
जस्ट नॉर्मल वो एक पाइप सी उत्थे पई वो नॉर्मल तरीके ना चुके तो अपने कब्जे च लैके तो अं लैती सर जो उ सारा समान भी कदों तक ये सारा मतलब उतो हटाया जाएगा रिहायशी लगे समान उ जरा वा सा उतराजोग चीज़ तो कोई नहीं हैगी उ अच्छा नॉर्मल चीज़ा उत्तर पई हुई कोई है नहीं गा लोगों की कोई जान उस चीज़ सारा चैक कर लिया गया चैक कर लिया बिल्कुल बम डिस्पोजल टीम है एंटी सबर टीम जी चैक करवा ली सारी बिल्कुल सर।